ਵਰਗਾ ਭਾਜੀ ਭਾਜੀ ਸਾਈਡ ਤੋਂ ਜੋ ਜੀ ਰਿੰਟੂ ਜੀ ਸਾਹਮਣੇ ਦੇਖੇ ਰਿੰਟੂ ਜੀ ਦੇਖ ਪੰਡਾ ਜੀ ਰਿੰਟੂ ਜੀ ਸਾਹਮਣੇ ਦੇਖੇ ਮੇਅਰ ਬਣਨ ਤੋਂ ਬਾਅਦ ਕੀ ਕਹੋਗੇ ਅੱਜ ਤਨ ਤਨ ਗੁਰੂ ਰਾਮਦਾਸ ਜੀ ਦੀ ਨਗਰੀ ਹੈ ਔਰ ਗੁਰੂ ਰਾਮਦਾਸ ਜੀ ਦੀ ਅਪਾਰ ਕਿਰਪਾ ਨਾਲ ਅੱਜ ਮੈਨੂੰ ਇਸ ਸ਼ਹਿਰ ਦਾ ਮੇਅਰ ਬਣਾਇਆ ਗਿਆ ਸਭ ਤੋਂ ਪਹਿਲਾਂ ਮੈਂ ਜਿੱਥੇ ਸ਼ੁਕਰਾਨਾ ਅਦਾ ਕਰਦਾ ਗੁਰੂ ਰਾਮਦਾਸ ਜੀ ਦਾ ਉੱਥੇ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦਾ ਸਾਡੇ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਜੀ ਸਾਰੇ ਸਾਡੇ ਅੰਮ੍ਰਿਤਸਰ ਦੇ MLA ਸਾਹਿਬਾਨ ਔਰ ਸਾਰੇ ਕੌਂਸਲਰ ਸਾਹਿਬਾਨਾਂ ਦਾ ਕਿ ਜਿਨ੍ਹਾਂ ਦੀ ਅੱਜ ਆਸ਼ੀਰਵਾਦ ਦੇ ਨਾਲ ਮੈਂ ਮੇਅਰ ਬਣ ਕੇ ਇੱਕ ਮਹੱਤਵਪੂਰਨ ਪਦ ਦੇ ਉੱਤੇ ਮੈਨੂੰ ਅੱਜ ਬਿਠਾਇਆ ਗਿਆ ਵਾ ਇਹਦੇ ਲਈ ਮੈਂ ਸਾਰੀ ਸਮੁੱਚੀ ਕਾਂਗਰਸ ਹਾਈਕਮਾਂਡ ਦਾ ਵੀ ਧੰਨਵਾਦ ਕਰਦਾ ਔਰ ਇੱਕ ਸਾਰੇ ਸ਼ਹਿਰ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਾ ਕਿ ਇਹ ਜਿਹੜੀ ਇੱਕ ਮਹੱਤਵਪੂਰਨ ਜ਼ਿੰਮੇਵਾਰੀ ਮਿਲੀ ਹੈ ਇਹਨੂੰ ਇਮਾਨਦਾਰੀ ਨਾਲ ਤਨ ਦਹੀ ਦੇ ਨਾਲ ਔਰ ਮਿਹਨਤ ਅਤੇ ਲਗਨ ਦੇ ਨਾਲ ਨਿਭਾਵਾਂਗੇ ਅੱਜ ਇਸੇ ਕਰਕੇ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਘਰ ਆਸ਼ੀਰਵਾਦ ਲੈਣ ਆਇਆ ਕਿ ਗੁਰੂ ਰਾਮਦਾਸ ਸਾਨੂੰ ਇੰਨੀ ਕੁ ਸ਼ਕਤੀ ਬਖਸ਼ਣ ਕਿ ਅਸੀਂ ਲੋਕਾਂ ਦੀਆਂ ਆਸਾਂ 'ਤੇ ਪੂਰੇ ਉਤਰ ਸਕੀਏ ਬਿਲਕੁਲ ਨਹੀਂ ਹੋਏਗੀ ਜੀ ਕਿਉਂਕਿ ਸਿੱਧੂ ਸਾਹਿਬ ਹਮੇਸ਼ਾ ਹੀ ਉਹਨਾਂ ਨੇ ਆਪਣਾ ਜੱਦੀ ਸ਼ਹਿਰ ਪਟਿਆਲਾ ਗੁਰੂ ਦੀ ਨਗਰੀ ਦੀ ਸੇਵਾ ਵਾਸਤੇ ਛੱਡਿਆ ਔਰ ਉਹ ਹਮੇਸ਼ਾ ਹੀ ਇਸ ਨਗਰੀ ਦੀ ਡਿਵੈਲਪਮੈਂਟ ਵਾਸਤੇ ਤਤਪਰ ਰਹੇ ਨੇ ਔਰ ਮੈਨੂੰ ਪੂਰਨ ਆਸ ਆ ਕਿ ਇੱਥੇ ਬਹੁਤ ਵਧੀਆ ਤਰੀਕੇ ਦੇ ਨਾਲ ਔਰ ਬੜੇ ਵੱਡੇ ਪੱਧਰ ਤੇ ਡਿਵੈਲਪਮੈਂਟ ਹੋਏ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਨਹੀਂ ਜੀ ਮੈਂ ਆਪ ਜਾ ਕੇ ਆਸ਼ੀਰਵਾਦ ਪਤਾ ਕਰ ਲਾਂਗੇ ਕਿਉਂ ਨਹੀਂ ਆਏ ਨਹੀਂ ਪਰ ਫਿਰ ਵੀ ਕੀ ਸਮਝੋ ਕਿਤਨਾ ਕਿਤੇ ਖਟਾਸ ਪੈਦਾ ਹੋ ਗਈ ਹੈ ਨਹੀਂ ਕੋਈ ਖਟਾਸ ਪੈਦਾ ਉਹ ਕਹਿੰਦੇ ਮੈਨੂੰ ਇਨਵੀਟੇਸ਼ਨ ਨਹੀਂ ਆਇਆ ਤੁਸੀਂ ਸਾਰਾ ਕੁਝ ਆਪ ਸੈੱਟ ਕੀਤਾ ਨਾ ਇਨਵੀਟੇਸ਼ਨ ਤੇ ਉਹਨਾਂ ਨੇ ਆਪ ਦੇ ਦਿੱਤਾ ਉਹਨਾਂ ਨੇ ਮਹਿਕਮਾ ਸੀਗਾ ਹਾਂਜੀ ਉਹਨਾਂ ਨੇ ਕੁਐਸਚਨ ਇਨਵੀਟੇਸ਼ਨ ਦਿੱਤਾ ਵਾ ਅੱਛਾ ਜੀ ਹਾਈ ਕਮਾਂਡ ਨੂੰ ਪਾਵਰ ਇਹਨਾਂ ਨੇ ਆਪ ਦਿੱਤੀਆਂ ਨੇ ਅੱਛਾ ਜੀ ਫਿਰ ਤੇ ਫਿਰ ਪਰ ਸਿੱਧੂ ਨਹੀਂ ਆਉਂਦੇ ਪਏ ਉਹਨਾਂ ਦੇ ਪਾਰਸ਼ਦਾਂ ਨੇ ਵੀ ਸੌਂ ਨਹੀਂ ਚੁੱਕੀ ਕੀ ਕਹਿਣਾ ਚਾਹੁੰਦੇ ਸੌਂ ਚੁੱਕ ਅੱਜ ਨਹੀਂ ਕੱਲ ਚੁੱਕ ਲੈਣਗੇ ਸਾਡੇ ਸਾਥੀ ਨੇ ਬੜੇ ਵਧੀਆ ਇਨਸਾਨ ਨੇ ਸਰਕਾਰ ਦਾ ਹਿੱਸਾ ਨੇ ਅਸੀਂ ਹਾਈ ਕਮਾਂਡ ਨੂੰ ਕਹੋਗੇ ਕਿ ਸਿੱਧੂ ਸਾਹਿਬ ਦੇ ਉੱਤੇ ਕੋਈ ਕਾਰਵਾਈ ਕੀਤੀ ਜਾਵੇ ਕਿਉਂਕਿ ਕਿਉਂ ਮੈਂ ਕਿਉਂ ਕਹਿਣਾ ਇਹ ਜਿਹੜੀ ਗੱਲ ਮੱਥਾ ਟੇਕਣ ਦਿਓ ਸਾਨੂੰ ਅਸੀਂ ਕੋਈ ਗੱਲ ਮੇਅਰ ਸਾਹਿਬ ਕਿਹੜੇ ਕੰਮ ਕਰਨ ਦੇ ਵਿੱਚ ਕੋਈ ਮੁਸ਼ਕਲ ਆ ਸਕਦੀ ਕੋਈ ਨਾ ਜੀ ਨਾ ਉਹ ਸਿਆਣਾ ਬੰਦਾ ਕਿਉਂ ਕੋਈ ਮੁਸ਼ਕਲ ਆ ਜੀ ਅੰਮ੍ਰਿਤਸਰ ਡਿਵੈਲਪਮੈਂਟ ਉਹ ਵੀ ਚਾਹੁੰਦੇ ਨੇ ਅੰਮ੍ਰਿਤਸਰ ਡਿਵੈਲਪਮੈਂਟ ਉਹਨਾਂ ਦਾ ਮਹਿਕਮਾ ਸਾਰੀ ਡਿਵੈਲਪਮੈਂਟ ਦੋਨਾਂ ਰਾਹੀਂ ਹੋਣੀ ਹੈ ਇਹੋ ਜੀ ਕੋਈ ਗੱਲ ਨਹੀਂ ਮੇਰੀ ਸਾਡੀ ਰਿਕਵੈਸਟ ਮੇਰਾ ਨਹੀਂ ਖਿਆਲ ਇਹੋ ਜਿਹੇ ਸਿੱਧੂ ਸਾਹਿਬ ਛੱਡੋ।